ਲੋ ਜੀ ਤਿਆਰੀ ਗਈ ਹੋ ਤੇ ਮੈਨੂੰ ਲੈ ਕੇ ਚੱਲੇ ਆ ਬਹਾਵਲਪੁਰ ਅਪਰੇਟ ਕਰਾਉਣ ਵਾਸਤੇ ਤੇ ਬਾਈ ਸਾਹਿਬ ਜੀ ਨੇ ਗੱਡੀ ਬਾਹਰ ਖੜ ਦੇ ਦਿੱਤੀ ਆਉਂਦੇ ਆਉਂਦੇ ਠੀਕ ਠਾਕ ਬਾਈ ਚਲੋ ਜੀ ਬਾਈ ਸਾਹਿਬ ਨੇ ਗੱਡੀ ਕੱਢ ਕੇ ਅੰਮ੍ਰਿਤ ਖੜੀ ਕਰ ਦਿੱਤੀ ਤੇ ਬਾਈ ਸੁਧਾਕਰ ਨੂੰ ਆਖਿਆ ਲੋ ਚਲਦੀ ਕਰਨੇ ਸਲਾਮ ਆ ਕੇ ਗੱਡੀ ਬਾਹਰ ਕਰ ਆਉਣ ਦੇ ਆਉਣ ਦੇ ਕੱਟੀਆ 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 ਜੀ ਅੱਬੂ ਨੂੰ ਲੈ ਕੇ ਨਾ ਤੇ ਚੱਲੇ ਹੁਣ ਬਹਾਵਲਪੁਰ ਅਪਰੇਟ ਕਰਾਉਣ ਵਾਸਤੇ ਅੱਲਾ ਦੁਆ ਕਰਿਓ ਵੀ ਅੱਲਾ ਤਾਲਾ ਖੈਰ ਕੀ ਜਿਹੜਾ ਅਪਰੇਟ ਕਰੇ ਤੋ ਜੀ ਅੱਬੂ ਹੋਰਾਂ ਨੂੰ ਬਿਠਾ ਦਿੱਤਾ ਬਾਈ ਸੁਧਾਕਰ ਦੇ ਨਾਲ ਤੇ ਜ਼ਰਾ ਹੁਣ ਇਹ ਸੋਟੇ ਨੂੰ ਦੱਸ ਦੋ ਕਿਤੇ ਹੁਣ ਗੱਡੀ ਦੇ ਵਿੱਚ ਵੀ ਸੋਟਾ ਚੁੱਕੀ ਫਿਰਦੇ ਹੋ ਸੋਟੇ ਨਾਲ ਹੀ ਮੇਰਾ ਆਸਰਾ ਹੈ ਛੋਟੇ ਬਗੈਰ ਮੈਂ ਖਲੋ ਨਹੀਂ ਨਹੀਂ ਇਹਨੂੰ ਪਿੱਛੇ ਫੜਾ ਦੋ ਇਹ ਕਿਧਰ ਨਹੀਂ ਜਾਂਦਾ ਇੱਧਰ ਕੱਖ ਨਹੀਂ ਹੁੰਦਾ ਜੀ ਇੱਧਰ ਰੋਜ਼ ਜਾਂਦਾ ਹੁੰਦਾ ਚਲੋ ਜੀ ਇਸ ਗੱਡੀ 'ਚ ਅੱਬੂ ਹੀ ਬੈਠ ਜਾਂਦੇ ਅਸੀਂ ਦੂਜੀ ਗੱਡੀ 'ਚ ਬੈਠ ਕੇ ਹੁਣ ਚੱਲ ਗਏ ਓ ਹੈਲੋ ਮੈਨੂੰ ਵੀ ਲਾ ਜਾਓ ਓ ਹੈਲੋ ਓ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂਜੀ ਓ ਮੈਨੂੰ ਵੀ ਲਾ ਦਿਓ ਭਾਈ ਤੇ ਤੂੰ ਗੱਡੀ ਦੇ ਉਧਰ ਚੱਲ ਜਿੱਧਰ ਅੱਬੇ ਨੂੰ ਬਿਠਾਇਆ ਉਧਰ ਚੱਲ ਚੱਲ ਫਿਰ ਇਹ ਗੱਲ ਡਰਾਈਵਰ ਸੀਟ ਤੇ ਆ ਡਰਾਈਵਰ ਸੀਟ ਤੇ ਪਤਾ ਲੱਗੇ ਕਿ ਸਿਰ ਇਹ ਨਾ ਆਖਣ ਦੀ ਇੱਜ਼ਤ ਨਹੀਂ ਕੀਤੀ ਭਰਾ ਕੀ ਹੋਇਆ ਇਹ ਨਾ ਆਖਣ ਦੀ ਭਰਾ ਦੀ ਵੈਲੀ ਉਹਨੇ ਬਣਾਈ ਇਹਦਾ ਮਤਲਬ ਇਹ ਵੀ ਜਿਹੜਾ ਡਰਾਈਵਰ ਬੰਦੇ ਦੇ ਇਹਨੂੰ ਫਾਇਦੇ ਹੁੰਦੇ ਨੇ ਵੀ ਫਰੰਟ ਸੀਟ ਮਿਲਦੀ ਚਲੋ ਜੀ ਬਾਈ ਸੁਧਾਕਰ ਕੋਲ ਨਾ ਮੈਂ ਸਮਝ ਲਓ ਵੀ ਬਦਲਾ ਲੈ ਲਿਆ ਜਿਹੜਾ ਨਾ ਮੈਨੂੰ ਪਹਿਲਾਂ ਛੱਡ ਕੇ ਚੱਲਾ ਸੀ ਤੇ ਮੈਂ ਨਾ ਦੌੜ ਕੇ ਰਹਿ ਗੱਡੀ ਨੂੰ ਮੈਂ ਆਖਿਆ ਮੈਨੂੰ ਲੈ ਚਲੋ ਉਹਨੇ ਤਾਂ ਖੈਰ ਮੈਨੂੰ ਫਰੰਟ ਸੀਟ ਦੇ ਦਿੱਤੀ ਪਰ ਇਹ ਪਰਾਂ ਨੂੰ ਗੱਲ ਸੁਣ ਲੱਗਿਆ ਕਿਸੇ ਦੀ ਤੇ ਮੈਂ ਗੱਡੀ ਅੱਗੇ ਲੈ ਆਇਆ ਮੈਂ ਆਖਿਆ ਇਹਨੂੰ ਛੱਡ ਕੇ ਨਿਕਲ ਜਾਣਾ ਆਪੇ ਆਉਂਦਾ ਰਹੇਗਾ ਤੁਰ ਕੇ ਆ ਜਾ ਦੌੜਿਆ ਦੌੜਿਆ ਮੈਂ ਆਖਿਆ ਥੋੜ੍ਹਾ ਜਿਹਾ ਪਤਲਾ ਹੋ ਜਾਏ ਦੌੜ ਕੇ ਆ ਜਾ ਆਪਣੇ ਆਪਣੇ ਚਲੋ ਜੀ ਹਾਸਲਪੁਰ ਪਹੁੰਚ ਗਿਆ ਤੇ ਹਾਸਲਪੁਰ ਕਰਾਉਣੇ ਪਹਿਲੇ ਟੈਂਕੀ ਫੁੱਲ ਤੇ ਫਿਰ ਚੱਲਦੇ ਆ ਬਹਾਵਲਪੁਰ ਚਲੋ ਜੀ ਹੁਣ ਪਹੁੰਚ ਗਿਆ ਖੈਰਪੁਰ ਤੇ ਖੈਰਪੁਰ ਪਾ ਲਗਾ ਖਾਣਾ ਭਾਈ ਸਾਹਿਬ ਉਹਨਾਂ ਉਧਰੋਂ ਵੀ ਉਧਰੋਂ ਵੀ ਗਿਆ ਜਿਹੜੇ ਰੋਟੀ ਖਾਣੀ ਆ ਰਹੇ ਦੂਜੇ ਬੈਠੇ ਰਹੋ ਉਹ ਪਾ ਉਹਨੇ ਕੋਈ ਨਹੀਂ ਰੋਟੀ ਖਾਂਦਾ ਨਹੀਂ ਲੇਟ ਹੁੰਦੀ ਬਸ ਪੰਜ ਮਿੰਟ ਲੱਗਣੇ ਰੋਟੀ ਖਾਣ ਤੂੰ ਨਹੀਂ ਖਾਣੀ ਹੈਲੋ ਅੱਛਾ ਮਤਲਬ ਤੈਨੂੰ ਰੋਟੀ ਖਵਾ ਰਿਹਾ ਉਲਟਾ ਉਲਟਾ ਮੈਨੂੰ ਗੱਲਾਂ ਕਰ ਰਹੇ ਹੈਂ ਫਿਰ ਤੂੰ ਰੋਟੀ ਖਾ ਲਈ ਫਿਰ ਚੱਲ ਯਾਰ ਤੂੰ ਕੇਲੇ ਛੇਲੇ ਨਾ ਲੈ ਯਾਰ ਕੇਲੇ ਛੇਲੇ ਨਾ ਲਈ ਆਦਾ ਰੋਟੀ ਆਦਾ ਰੋਟੀ ਖਵਾਈ ਯਾਰ ਮੈਂ ਵੀ ਨਿਆਣਾ ਯਾਰ ਚਲੋ ਜੀ ਸਲਾਦ ਵਗੈਰਾ ਆ ਗਿਆ ਤੇ ਬੰਦੇ ਵੇਖੋ ਕਹਿੰਦੇ ਰੋਟੀ ਨਹੀਂ ਸੀ ਖਾਣੀ ਸਲਾਦ ਨੂੰ ਐਵੇਂ ਪਏ ਨੇ ਜੇ ਤਿੰਨ ਦਿਨ ਹੋ ਗਏ ਖਾਧੀ ਚਲੋ ਜੀ ਖਾਣਾ ਗਿਆ ਤੇ ਖਾਣ ਦੇ ਵਿੱਚ ਅਸੀਂ ਮੰਗਾਇਆ ਚਿਕਨ ਤੇ ਦਾਲ ਤੇ ਨਾਲ ਰੋਟੀਆਂ ਛੋਟੀਆਂ ਤੇ ਨਾਲ ਸਬਜ਼ੀ ਚਿਕਨ ਰੋਟੀਆਂ ਹੁਣ ਕਰ ਲਿਆ ਸ਼ੁਰੂ ਹੈਲੋ ਤੂੰ ਫਿਰ ਰੋਟੀ ਨਹੀਂ ਖਾਣੀ ਗੁੱਸਾ ਕਰ ਗਿਆ ਤਾਂ ਮੈਂ ਨਹੀਂ ਖਾਣੀ ਚੱਲ ਤੂੰ ਦੇ ਉਹਨੂੰ ਕਹਿ ਤੇ ਫਿਰ ਬੰਦੇ ਰੋਟੀ ਖਾ ਲਵੇ ਖਾਣੀ ਹੁਣ ਕੇ ਹੁਣ ਭਾਂਡੇ ਖਾਣੇ ਨੇ ਪੈਸੇ ਦੇਖਦੇ ਘਰ ਧੋਣੇ ਇਹਦਾ ਮਤਲਬ ਜਿੱਥੇ ਤੂੰ ਰੋਟੀ ਖਾਣਾ ਇਹਦਾ ਮਤਲਬ ਜਿੱਥੇ ਤੂੰ ਰੋਟੀ ਖਾਣਾ ਉੱਥੇ ਭਾਂਡੇ ਧੋ ਕੇ ਆਉਂਦਾ ਪੈਸੇ ਨਹੀਂ ਦਿੰਦਾ ਪੈਸੇ ਸ਼ਾਇਦ ਨਾ ਉਹਨਾਂ ਧੋਈ ਦੇਣਾ ਕਿਹੜਾ ਰਾਣਾ ਨਹੀਂ ਧੋਣਾ ਆਪ ਨਹੀਂ ਧੋਂਦਾ ਰਾਣਾ ਧੋਂਦਾ ਆ ਜਾਣ ਕਿ ਜ਼ਿਆਦਾਤਰ
ਜਦੋਂ ਪੈਸੇ ਨਾ ਜੇ ਚੋਂ ਪਾੜੇ ਤੋਂ ਲੈਣਾ ਸੌਖਾ ਕੰਮ ਇਹ ਸਾਨੂੰ ਦੱਸਦੇ ਜੀ ਸਾਨੂੰ ਸਿਖਾ ਦੇ ਹਜ਼ਾਰ ਰੁਪਏ ਦਿਹਾੜੀ ਲਾਉਣੀ ਹੋਏ ਨਾ ਸਾਰੀ ਦਿਹਾੜੀ ਕੰਮ ਕਰਨਾ ਪੈਂਦਾ ਹਜ਼ਾਰ ਰੁਪਏ ਦੀ ਰੋਟੀ ਖਾ ਕੇ ਪੰਜਾਂ ਮਿੰਟ ਭੰਗ ਤੋਂ ਹੋ ਗਏ ਉਹ ਪੰਜਾਂ ਮਿੰਟਾਂ ਨਹੀਂ ਧਵਾਉਂਦੇ ਉਹ ਪੂਰੇ ਪੂਰੇ ਹੋਟਲ 'ਤੇ ਦੇਖ ਕੇ ਧਵਾਉਂਦੇ ਨੇ ਫਿਰ ਤੇਰੇ ਕੋਲ ਕਈ ਵਾਰ ਧਵਾ ਤੈਨੂੰ ਪਤਾ ਤਜਰਬਾ ਨਹੀਂ ਹੋਇਆ ਤੁਹਾਨੂੰ ਕਿਹਾ ਪਤਾ ਧਵਾਉਣੇ ਮੈਂ ਧੋਦਿਆ ਵੇਖਿਆ ਤੈਨੂੰ ਵੇਖ ਚਲੋ ਜੀ ਅਲਹਮਦੁਲਿਲਾ ਖਾਣਾ ਖਾਣਾ ਹੁਸ਼ਿਆਰਪੁਰ ਤੋਂ ਖਾ ਲਿਆ ਹੁਣ ਚੱਲਿਆ ਬਹਾਵਲਪੁਰ ਬਹਾਵਲਪੁਰ ਜਾ ਕੇ ਅਤੇ ਅਬੂ ਦਾ ਕਰਾਉਂਦੇ ਆ ਪਰੇਡ ਅਤੇ ਫਿਰ ਪਤਾ ਲੱਗਿਆ ਵੀ ਚਲੋ ਛੁੱਟੀ ਮਿਲਦੀ ਹੈ ਚਲੋ ਵਾਪਸ ਆ ਚਲੋ ਜੀ ਬਹਾਵਲਪੁਰ ਪਹੁੰਚ ਗਏ ਅਤੇ ਬਹਾਵਲਪੁਰ ਹਸਪਤਾਲ ਲੱਭਦਿਆਂ ਹੋਇਆ ਨਾ ਤਕਰੀਬਨ ਕੋਈ ਪੰਜ ਦਸ ਮਿੰਟ ਜ਼ਾਇਆ ਹੋਏ ਅਤੇ ਹੁਣ ਅਸੀਂ ਹਸਪਤਾਲ ਬਿਲਕੁਲ ਕਰੀਬ ਪਹੁੰਚ ਗਏ ਅਤੇ ਹੁਣ ਜਾ ਕੇ ਹਸਪਤਾਲ ਅਤੇ ਆਖਰ ਜਿਹੜਾ ਉਹ ਜਿਹੜੇ ਦੋਸਤ ਨਾਲ ਚ ਫਿਰ ਗਿਆ ਜਿਹੜੇ ਨੰਬਰ ਨੂੰ ਬਣਵਾ ਰਹੇ ਜਿਹੜਾ ਕਿ ਜਿੱਦਾਂ ਡਾਕਟਰ ਦੇ ਜੀ ਚਲੋ ਜੀ ਬਹਾਵਲਪੁਰ ਬਸ਼ੀਰ ਚੀਮਾ ਏਅਰ ਹੋਸਪਿਟਲ ਉੱਥੇ ਪਹੁੰਚ ਗਿਆ ਦੂਰੋਂ ਡਾਕਟਰ ਜਾ ਕੇ ਚੈੱਕ ਜਾ ਕੇ ਪਹਿਲੇ ਤਾਂ ਕਰਾਉਂਦੇ ਚੈੱਕਅਪ ਮੈਂ ਕਹਿੰਦਾ ਫੋਟੋ ਵਿੱਚ ਹੀ ਰੱਖਦੀ ਹੈ ਹੈਂ ਤੁਹਾਨੂੰ ਅਸੀਂ ਉਹ ਕੰਧੇ ਨਾਲ ਪਕੜ ਲਾਂਗੇ ਚੱਲ ਚੱਲ ਪਿੱਛੇ ਹੋ ਪਿੱਛੇ ਹੋ ਪਿੱਛੇ ਹੋ ਨਿਕਲਦਾ ਹੋ ਪਿੱਛੇ ਕਿੱਧਰ ਹੈ ਉਹ ਕਿੱਧਰ ਤੁਰਿਆ ਜਾਣਾ ਉਹ ਇੱਧਰ ਹੀ ਮੰਮਾ ਤੇਰੀ ਇੱਧਰ ਉਹ ਅੱਗੇ ਜਾਂਦਾ ਜੀ ਚਲੋ ਜੀ ਅੱਬੂ ਹੁਣ ਉਹਨਾਂ ਉਹਨਾਂ ਨੇ ਲਿਖ ਕੇ ਦਿੱਤਾ ਕਿ ਜਾ ਕੇ ਉਹਨਾਂ ਦਾ ਅਲਟਰਾਸਾਊਂਡ ਕਰਵਾ ਕੇ ਹੁਣ ਉਹ ਕਰਵਾ ਕੇ ਲੈਣਾ ਅਤੇ ਫਿਰ ਆ ਕੇ ਕਰਵਾਈਆਂ ਦਾ ਕੇਸ ਉਹ ਜੀ ਅੱਬੂ ਹੋਰਾਂ ਨੂੰ ਇੱਥੇ ਲੈਬਾਰਟਰੀ ਵਾਸਤੇ ਲੈਬਾਰਟਰੀ ਕਰਾਉਣੇ ਕੋਈ ਅਲਟਰਾਸਾਊਂਡ ਵਗੈਰਾ ਤਾਂ ਅੱਬੂ ਨੂੰ ਉਤਾਰ ਕੇ ਅਤੇ ਬੱਚਿਆਂ ਨੂੰ ਛੱਡ ਕੇ ਉਹਨਾਂ ਦਾ ਘਰ ਕੇਤੀ ਆ ਮੈਂ ਘਰ ਆਇਆ ਸਾ ਘਰ ਬੱਚਿਆਂ ਨੂੰ ਛੱਡਣ ਵਾਸਤੇ ਇੱਥੇ ਸ਼ਾਹਰੂ ਜੀ ਆਏ ਸਨ ਇੱਥੇ ਮੈਨੂੰ ਛੱਡਣ ਵਾਸਤੇ ਆਇਆ ਅਤੇ ਇੱਥੇ ਘਰ ਵਿੱਚ ਆਤਫ ਹੈ ਜਿਹੜਾ ਉਹ ਚੱਕ ਕੇ ਅਤੇ ਆਖਰ ਭਾਈ ਜੀ ਜਿਹੜਾ ਉਹ ਸਾਡੇ ਨਾਲ ਉੱਥੇ ਨੇ ਹਸਪਤਾਲ ਅਤੇ ਘਰ ਦੇ ਵਿੱਚ ਉਹ ਵੀ ਵੱਡਾ ਆਇਆ ਜੀ ਮੇਰੇ ਓਕੇ ਜੀ ਓਕੇ ਰਾਤੀ ਦੁਆ ਕਰਦੇ ਨਾਲੇ ਦਾ ਸਹੀ ਆਪਰੇਸ਼ਨ ਕਾਮਯਾਬ ਹੋ ਗਿਆ ਜੀ ਅੱਬੂ ਹੋਰਾਂ ਦੀ ਨਾ ਕਰਵਾਉਣ ਵਾਸਤੇ ਆਇਆ ਸਾਂ ਅਲਟਰਾਸਾਊਂਡ ਵਗੈਰਾ ਅਤੇ ਉਹ ਕੋਈ ਰਿਪੋਰਟਾਂ ਵਗੈਰਾ ਕਰਾਉਣੀਆਂ ਸਨ ਅਤੇ ਉਹ ਅਲਟਰਾਸਾਊਂਡ ਰਿਪੋਰਟ ਵੀ ਦੂਸਰੀ ਜਿਹੜੀ ਰਿਪੋਰਟ ਸੀ ਉਹ ਆ ਗਈ ਹੈ ਟੈਸਟ ਵਗੈਰਾ ਕਰਵਾ ਲਏ ਨੇ ਇੰਗਲਿਸ਼ ਹੀ ਬੜੀ ਲੰਬੀ ਲਿਖੀ ਹੈ ਸਾਡੇ ਕੋਲ ਤਾਂ ਪੜ੍ਹੀ ਨਹੀਂ ਜਾਂਦੇ ਇੰਗਲਿਸ਼ ਐਡੀ ਲੰਬੀ ਅਸੀਂ ਤੁਹਾਨੂੰ ਪਤਾ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਹੁਣ ਅਸੀਂ ਜਾ ਰਹੇ ਹਾਂ ਸਾਰੇ ਦੋਸਤ ਦੁਆ ਕਰੋ ਕਿ ਉਹ ਅੱਲਾਹ ਤਾਲਾ ਕਾਮਯਾਬ ਆਪਰੇਸ਼ਨ ਕਰ ਦੇਵੇ ਅਤੇ ਹੁਣ ਜਾ ਕੇ ਪਰੇਡ ਕਰਵਾਉਂਦੇ ਹਾਂ ਅੱਲਾਹ ਬਿਹਤਰ ਕਰੇਗਾ ਇਨਸ਼ਾਅੱਲਾ ਮੇਰੇ ਅੱਲਾਹ ਦੇ ਹੁਕਮ ਨਾਲ ਬਿਲਕੁਲ ਠੀਕ ਠਾਕ ਹੋ ਜਾਣਗੇ ਮੇਰੇ ਅੱਲਾਹ ਦੇ ਹੁਕਮ ਨਾਲ ਮੇਰੇ ਅੱਬੂ ਬਿਲਕੁਲ ਠੀਕ ਠਾਕ ਹੋ ਜਾਣਗੇ ਤੁਹਾਡੀਆਂ ਦੁਆਵਾਂ ਨਾਲ ਅਤੇ ਹੁਣ ਚੱਲਦੇ ਹਾਂ ਫਿਰ ਡਾਕਟਰ ਦੇ ਕੋਲ ਚਲੋ ਜੀ ਹੁਣ ਪਹੁੰਚ ਗਿਆ ਆਪਣੇ ਰੂਮ ਦੇ ਵਿੱਚ ਅਤੇ ਰੂਮ ਦੇ ਵਿੱਚ ਜਿਹੜਾ ਨਾ ਏਸੀ ਵਾਲਾ ਕਮਰਾ ਏਸੀ ਵਾਲਾ ਰੂਮ ਦੇ ਵਿੱਚ ਅੱਬੂ ਜਿਹੜਾ ਨਾ ਇੱਥੇ ਬਿਠਾ ਦਿੱਤਾ ਕੀ ਕਹਿੰਦਾ ਡਾਕਟਰ ਆਉਂਦੇ ਮਜ਼ਾ ਆਇਆ ਉਹਨਾਂ ਨੂੰ ਤੁਹਾਨੂੰ ਗੱਲ ਹੋਈ ਹਾਂਜੀ ਉਹ ਕਰਨ ਦੇ ਕੰਟੈਕਟ ਆਏ ਮੈਨੂੰ ਰਿਪੋਰਟ ਚੈੱਕ ਕਰਨ ਦੇ ਪਹਿਲਾਂ ਠੀਕ ਹੋ ਰੂਮ ਤੋਂ ਠਹਿਰੇ ਸਨ ਅਤੇ ਡਾਕਟਰ ਆਇਆ ਉਹਨੇ ਨਾ ਖੂਨ ਥੋੜ੍ਹਾ ਕੱਢ ਕੇ ਸੈਂਪਲ ਲੈ ਕੇ ਉਹ ਕਹਿੰਦੇ ਬਾਬੇ ਦੀ ਐੱਚ ਪੀ ਘੱਟ ਲੱਗਦੀ ਅਤੇ ਉਹ ਨਾ ਮੈਂ ਕਿਹਾ ਤੁਸੀਂ ਟੈਨਸ਼ਨ ਕਿਹੜੀ ਗੱਲ 'ਚ ਲੈ ਰਹੇ ਹੋ ਆਹ ਬਾਬੇ ਦੇ ਆ ਜਵਾਨ ਯੰਗ ਮੁੰਡੇ ਐਡੇ ਐਡੇ ਮੋਟੇ ਫਿੱਟੇ ਹੋਏ ਜਵਾਨ ਹੋਣ ਅਤੇ ਆ ਬਿਲਕੁਲ ਯੰਗ ਮੈਨ ਹੋਣ ਅਤੇ ਬਾਬੇ ਨੂੰ ਖੂਨ ਦੀ ਕਮੀ ਹੋਣ ਦੇ ਪੂਰਾ ਹੋ ਜਾਏਗਾ ਇੱਕ ਪਾਸੇ ਨਾਲ ਇੱਧਰ ਲਾਵਾਂਗੇ ਦੂਰੇ ਪਾਸੇ ਉੱਧਰ ਲਾ ਦਿਆਂਗੇ ਪੂਰਾ ਹੋ ਜਾਏਗਾ ਲਾ ਲਾਂਗੇ ਜ਼ਿਆਦਾ ਉਮਰ ਦਾ ਬੰਦੇ ਕੋਲ ਮੇਰੇ ਖੂਨ ਨਹੀਂ ਲੈਣਾ ਚਾਹੀਦਾ ਅਸੀਂ ਤੋੜਦੇ ਨੀ ਦੋ ਲਵਾਉਣ ਦਾ ਕੋਈ ਚੱਕਰ ਨਹੀਂ ਯਾਨੀ ਕਿ ਇਹ ਵੀ ਅਗਰ ਅਸੀਂ ਅਗਰ ਅਸੀਂ ਲਵਾਉਂਦੇ ਹਾਂ ਆਪਣਾ ਖੂਨ ਅਤੇ ਉਹ ਸਾਡੀ ਉਮਰ ਤਕਰੀਬਨ 35-40 ਸਾਲ ਹੋ ਚੁੱਕੀ ਹੈ ਫਿਰ ਉਹ ਖੂਨ ਦੀ ਤਾਕਤ ਘੱਟ ਹੋਏਗੀ ਅਤੇ ਜਿਹੜੇ ਐਵੇਂ ਦੇ ਯੰਗ ਮੁੰਡੇ ਦਾ ਖੂਨ ਹੋਇਆ ਮੈਂ ਕੱਲ੍ਹ ਪਰਸੋਂ ਲੋਕ ਵੇਖਿਆ ਤੁਸੀਂ ਆ ਵੀ ਤੂੰ ਮੈਂ ਜਵਾਨ ਅਤੇ ਐਵੇਂ ਦੇ ਯੰਗ ਮੁੰਡੇ ਦਾ ਖੂਨ ਦੀ ਤਾਕਤ ਹੋਈ ਬਾਬਾ ਮੈਂ ਦੁਬਾਰਾ ਇੱਕ ਦਫ਼ਾ ਜਵਾਨ ਹੋ ਜਾਏਗਾ ਅਤੇ ਇਹ ਸੀ ਮੇਰਾ ਅੱਜ ਦਾ ਵਲੋਗ ਅਮੀਦ ਕਰਾਂ ਤੁਹਾਨੂੰ ਚੰਗਾ ਲੱਗਾ ਹੈਗਾ ਚੰਗਾ ਲੱਗਾ ਅਤੇ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਅਤੇ ਨਾਲ ਹੀ ਮੇਰੇ ਲਾਟਾ ਜੱਟ ਵਲੋਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼